ਅੱਜ ਤਾਂ ਅਸੀਂ ਮਰਦਾਂ ਦੀ ਗੱਲ ਕਰਦੇ ਹਾਂ, ਸਾਡੀਆਂ ਧੀਆਂ ਵੱਡੇ ਵੱਡੇ ਸ਼ਹਿਰਾਂ ਦੇ ਵਿੱਚ, ਸਾਡੀਆਂ ਪਰਿਵਾਰ ਪੰਜਾਬੀ ਪਰਿਵਾਰਾਂ ਦੀਆਂ ਬੀਬੀਆਂ ਵੀ ਨਸ਼ਿਆਂ ਵਾਲੇ ਬੰਨੇ ਤੁਰ ਪਈਆਂ। ਬਾਰਾਂ ਜਾ ਕੇ ਅਤੇ ਤੁਸੀਂ ਵੇਖੋ ਕੀ ਹਾਲਾਤ ਬਣੇ, ਕਲੱਬਾਂ ਪੱਬਾਂ ਵਿੱਚ ਜਾ ਕੇ ਵੇਖੋ ਤੁਸੀਂ। ਉਹ ਲੋਕ ਜਦੋਂ ਪੱਬਾਂ ਜਾਂਦੇ ਨੇ ਉਦੋਂ ਰੂਪ ਵੇਖਣ ਵਾਲੇ ਹੁੰਦੇ ਨੇ, ਅਤੇ ਉਹਨਾਂ ਨੂੰ ਜਦੋਂ ਗੁਰਦੁਆਰੇ ਅਤੇ ਨਗਰ ਕੀਰਤਨ ਪ੍ਰਭਾਤ ਫੇਰੀਆਂ 'ਚ ਵੇਖੋ, ਸਭ ਤੋਂ ਅੱਗੇ ਹੋ ਕੇ ਸਰੋਪੇ ਵੀ ਉਹ ਪਵਾਰੇ ਹੁੰਦੇ ਨੇ। ਮੇਰੀਆਂ ਗੱਲਾਂ ਚੁਭਦੀਆਂ ਜ਼ਰੂਰ ਨੇ ਜੀ, ਪਰ ਹੁਣ ਤੁਸੀਂ ਸੱਦਿਆ ਵਾ, ਕੌੜਾ ਕਸਾੜਾ ਭੋਜਨ ਛਕ ਲਿਓ, ਕਿਉਂਕਿ ਮੇਰੀਆਂ ਆਦਤਾਂ ਗੱਲਾਂ ਮੈਂ ਸਦੀਆਂ ਕਰਦਾ ਹੁੰਦਾ। ਇਹ ਹਾਲਾਤ ਨੇ, ਕਲੱਬਾਂ ਪੱਬਾਂ 'ਚੋਂ ਟੱਬਰ ਜਦੋਂ ਜਾਂਦੇ ਨੇ ਉਦੋਂ ਰੂਪ ਵੇਖਣ ਵਾਲੇ ਹੁੰਦੇ ਨੇ, ਜਦੋਂ ਨਗਰ ਕੀਰਤਨ ਅਤੇ ਪ੍ਰਭਾਤ ਫੇਰੀਆਂ ਹੁੰਦੀਆਂ ਹੋਣੀਆਂ ਉਦੋਂ ਵੀ ਰੂਪ ਵੇਖਣ ਵਾਲੇ ਹੁੰਦੇ, ਵੀ ਇਹੋ ਲੋਕ ਨੇ ਯਾਰ, ਸਿੱਖੀਏ ਆ। ਸਾਡੇ ਵਰਗੇ ਨਹੀਂ ਸੀ ਕਮ ਸੇ ਕਮ ਬਾਬਾ ਫਤਿਹ ਸਿੰਘ ਹੋਣੀ, ਉਹਨਾਂ ਨੇ ਆਪਣੇ ਪਿਤਾ ਦਾ ਸਿਰ ਨਹੀਂ ਨੀਵਾਂ ਹੋਣ ਦਾ ਸੂਬੇ ਸਰਹੰਦ ਦੀ ਕਚਹਿਰੀ 'ਚ ਵੀ ਕੋਈ ਬੰਦਾ ਕੋਈ ਉਂਗਲ ਕਰਕੇ ਤਾਂ ਵੇਖੇ ਸਾਡੇ ਪਿਤਾ ਵੱਲ, ਕੇ ਸਾਡੇ ਪਿਤਾ ਵੱਲ ਕੋਈ ਇੱਦਾਂ ਉਂਗਲ ਕਰਕੇ ਵੇਖੇ? ਉਹ ਕਹਿੰਦੇ ਬੱਚਿਓ, ਤੁਹਾਡੇ ਪਿਤਾ ਨੂੰ ਅਸੀਂ ਗ੍ਰਿਫਤਾਰ ਕਰ ਲਿਆ, ਤੁਹਾਡੇ ਪਿਤਾ ਨੂੰ ਅਸੀਂ ਗ੍ਰਿਫਤਾਰ ਕਰ ਲਿਆ। ਪਤਾ ਸਾਹਿਬ ਜ਼ਿਆਦਾ ਕੀ ਆਉਂਦੇ ਆ? ਕਹਿੰਦੇ ਤੁਹਾਡੇ ਕੋਲ ਤਾਕਤ ਹੈ ਨਹੀਂ, ਤੁਸੀਂ ਸਾਡੇ ਗੁਰੂ ਪਿਤਾ ਨੂੰ ਗ੍ਰਿਫਤਾਰ ਕਰ ਸਕੋ, ਤੁਹਾਡੇ ਕੋਲ ਨਹੀਂ ਤਾਕਤ ਹੈਗੀ, ਨਾ ਤੁਸੀਂ ਨਹੀਂ ਕਰ ਸਕਦੇ। ਕਿੰਨਾ ਵਿਸ਼ਵਾਸ! ਅੱਛਾ, ਕਮਾਲ ਦੀ ਗੱਲ ਆ, ਸਾਹਿਬਜ਼ਾਦਿਆਂ ਨੂੰ ਗੁਰੂ 'ਤੇ ਭਰੋਸਾ, ਅਤੇ ਗੁਰੂ ਪਾਤਸ਼ਾਹ ਨੂੰ ਆਪਣੇ ਸਾਹਿਬਜ਼ਾਦਿਆਂ 'ਤੇ ਭਰੋਸਾ, ਮੇਰੇ ਬੱਚੇ ਡੋਲ ਨਹੀਂ ਸਕਦੇ। ਹੈ ਭਰੋਸਾ ਸਾਡੇ 'ਤੇ? ਜੇ ਉਹ ਸਾਹਿਬਜ਼ਾਦੇ ਅੱਜ ਕਹਿਣ ਆਪਣੇ ਪਿਤਾ ਨੂੰ ਕਿ ਜਿਨ੍ਹਾਂ ਨੂੰ ਮੂੰਹੋਂ ਬੋਲੇ ਪੁੱਤਰ ਆਖਿਆ ਸੀ, ਉਹਨਾਂ ਤੋਂ ਸਾਨੂੰ ਕੁਰਬਾਨ ਕੀਤਾ, ਅੱਜ ਉਹਨਾਂ ਵੱਲ ਵੇਖੋ, ਉਹਨਾਂ ਤੁਹਾਡਾ ਕਿੱਥੇ ਕਿੱਥੇ ਸਿਰ ਨੀਵਾਂ ਕਰਾਇਆ, ਅਤੇ ਸਾਨੂੰ ਤੁਸੀਂ ਕੁਰਬਾਨ ਕੀਤਾ, ਅਸੀਂ ਸੂਬੇ ਸਰਾਂ ਦੀ ਕਚਹਿਰੀ 'ਚ ਵੀ ਤੁਹਾਡੀ ਪੇਠ ਨਹੀਂ ਲੱਗਣ ਦਿੱਤੀ। ਅੱਜ ਸਿੱਖ ਕਿੱਥੋਂ ਤੁਰਿਆ ਅਤੇ ਕਿੱਥੇ ਆਣ ਖਲੋਤਿਆ? ਮੇਰਾ ਤਾਂ ਸਿਰਫ ਤੁਹਾਨੂੰ ਇੱਕ ਤਰਲਾ ਬੇਨਤੀ ਆ, ਜਬਲਪੁਰ ਦੀ ਸਮੂਹ ਸੰਗਤ ਨੂੰ, ਤੁਸੀਂ ਬੜੇ ਸੂਝਵਾਨ ਬੈਠੇ ਮੇਰੇ ਭੈਣ ਭਰਾ, ਜਿੰਨੇ ਵੀ ਤੁਸੀਂ ਬੈਠੇ ਹੋ, ਹਫ਼ਤਾਵਾਰੀ ਸਮਾਗਮ ਕਰਦੇ ਹੋ, ਆਓ ਵਾਪਸ ਮੁੜੋ, ਪ੍ਰਣ ਕਰੋ, ਜਿਹੜਾ ਰਹਿੰਦਾ ਜੀਵਨ ਆ ਗੁਰੂ ਦੇ ਲੇਖੇ ਲਾਓ, ਨਸ਼ੇ ਛੱਡੋ, ਮਾੜੀਆਂ ਆਦਤਾਂ ਛੱਡੋ, ਸਿਰ ਉੱਚਾ ਚੁੱਕ ਕੇ ਫਿਰ ਆਪਣੀ ਜ਼ਿੰਦਗੀ ਦਾ ਆਨੰਦ ਵੇਖਿਓ ਕਿੱਡਾ ਪਿਆਰਾ ਹੁੰਦਾ। ਜਿਹੜੇ ਦਿਨ ਤੁਸੀਂ ਗੁਰੂ ਦੇ ਆਖੇ ਲਾ ਕੇ ਗੁਜ਼ਾਰੋਗੇ ਨਾ, ਉਹ ਇੱਕ ਉਸ ਦਿਨ ਨੂੰ ਬਾਣੀ 'ਚ ਪਤਾ ਕੀ ਲਿਖਿਆ? ਗੁਰੂ ਪਾਸੋਂ ਫਿਰ ਚੇਲਾ ਖਾਏ, ਤਾਮ ਪ੍ਰੀਤ ਵਸੇ ਕਰ ਆਏ, ਜੇ 100 ਵਰਿਆਂ ਜੀਵਨ ਖਾਣ, ਖਸਮ ਪਛਾਣੇ ਸੋ ਦਿਨ ਪ੍ਰਵਾਣ। 100 ਸਾਲ ਵੀ ਬੰਦਾ ਉਮਰ ਭੋਗ ਲਵੇ ਨਾ, 100 ਸਾਲ ਦੇ ਵਿੱਚ ਜਿਹੜਾ ਦਿਨ ਬੰਦੇ ਨੇ ਖਸਮ ਦੀ ਪਛਾਣ ਕੀਤੀ ਆ, ਪਾਤਸ਼ਾਹ ਕਹਿੰਦੇ ਉਹ ਦਿਨ ਲਿਖੇ ਆ, ਬਾਕੀ ਦਿਨ ਲਿਖੇ ਹੈ ਨਹੀਂ। ਅਤੇ ਖਸਮ ਕੀ ਆ? ਸੱਚ ਸਭਨਾ ਕਾ ਖਸਮ ਹੈ, ਸੱਚ ਸਭਨਾ ਦਾ ਖਸਮ ਹੈ। ਸੱਚ ਰੂਪੀ ਖਸਮ ਦੀ ਪਹਿਚਾਣ ਕਰੀਏ, ਅਤੇ ਬਾਣੀ ਲਿਖਿਆ, ਸਤਿਗੁਰੂ ਵਿੱਟੋਂ ਵਾਰਿਆ, ਮੈਂ ਆਪਣੇ ਗੁਰੂ ਤੋਂ ਕੁਰਬਾਨ ਜਾਂਦਾ, ਜਿੱਤ ਮਿਲਿਆ ਖਸਮ ਸੰਭਾਲਿਆ, ਜਿਨ ਕਰ ਉਪਦੇਸ਼, ਸਾਰੇ ਬੋਲੋ, ਜਿਨ ਕਰ ਉਪਦੇਸ਼ ਗਿਆਨ, ਇਨ ਨੇਤਰੀ ਜਗਤ ਨਿਹਾਲਿਆ, ਖਸਮ ਛੋੜ। ਹੁਣ ਖਸਮ ਕੀ ਸੀ ਚੇਤਾ ਰੱਖਿਓ? ਸੱਚ ਸਭਨਾ ਕਾ ਅਤੇ ਖਸਮ ਛੋੜ। ਜੇ ਸੱਚ ਖਸਮ ਛੱਡ ਦਿੱਤਾ, ਪਿੱਛੇ ਕੀ ਰਹਿ ਗਿਆ? ਝੂਠ। ਖਸਮ ਛੋੜ, ਦੂਜੇ ਲੱਗੇ, ਸੱਚ ਛੱਡ ਦਿੱਤਾ, ਝੂਠ ਨਾ ਲੱਗ ਗਏ, ਡੁੱਬੇ ਸੇ। ਹੁਣ ਆਪੇ ਦੱਸਿਓ, ਆਪਾਂ ਡੁੱਬਣਾ ਚਾਹੁੰਦੇ ਕਿ ਬਚਣਾ ਚਾਹੁੰਦੇ ਹਾਂ ਜੀ? ਬੋਲੋ ਗੁਰੂ ਕੇ ਪਿਆਰਿਓ, ਬੋਲੋ। ਇਹਦਾ ਵੀ ਜਵਾਬ ਨਹੀਂ ਦੇ ਰਹੇ ਆਪਾਂ, ਵੀ ਪਤਾ ਨਹੀਂ ਵੀ ਸੋਚ ਰਹੇ ਆਪਾਂ ਕਿ ਆਪਾਂ ਡੁੱਬਣਾ ਚਾਹੁੰਦੇ ਹਾਂ ਕਿ ਬਚਣਾ ਚਾਹੁੰਦੇ ਸਾਧ ਜੀ? ਤਾਂ ਫਿਰ ਗੱਜ ਕੇ ਬੋਲੋ ਜੀ, ਚੁੱਪ 'ਤੇ ਆਪਾਂ ਐਂ ਵੀ ਸ਼ਾਇਦ ਡੁੱਬਣਾ ਚਾਹੁੰਦੇ ਹਾਂ ਆਪਾਂ। ਜਿਵੇਂ ਡਾਕਟਰ ਮਰੀਜ਼ ਨੂੰ ਨਹੀਂ ਪੁੱਛਦਾ ਵੀ ਤੂੰ ਠੀਕ ਹੋਣਾ ਚਾਹੁੰਦਾ ਕਿ ਬਿਮਾਰ ਹੋਣਾ ਚਾਹੁੰਦਾ, ਅਤੇ ਮਰੀਜ਼ ਕੀ ਆਉਂਦਾ? ਭਲਾ ਮੈਂ ਠੀਕ ਹੋਣਾ ਚਾਹੁੰਦਾ ਜੀ। ਅਤੇ ਫਿਰ ਡਾਕਟਰ ਸਾਹਿਬ ਕਹਿੰਦੇ, ਜੇ ਤੂੰ ਠੀਕ ਹੋਣਾ ਚਾਹੁੰਦਾ ਨਾ, ਆਹ ਲਿਸਟ ਬਣਾ ਤੀ ਤੈਨੂੰ,
ਸੱਜੇ ਬੰਨੇ ਵਾਲੀ ਲਿਸਟ ਆ, ਇਹ ਚੀਜ਼ਾਂ ਤੂੰ ਨਹੀਂ ਖਾਣੀਆਂ, ਅਤੇ ਖੱਬੇ ਬੰਨੇ ਵਾਲੀ ਲਿਸਟ ਆ, ਇਹ ਤੂੰ ਖਾਣੀਆਂ ਵਾ। ਉਹਦੇ ਵਿੱਚੋਂ ਕਈ ਵਾਰੀ ਉਹ ਚੀਜ਼ਾਂ ਉਹਨੇ ਲਿਖੀਆਂ ਹੁੰਦੀਆਂ ਜਿਹੜੀਆਂ ਬਹੁਤ ਮਨਪਸੰਦ ਹੁੰਦੀਆਂ ਵਾ, ਵੀ ਇਹ ਛੱਡ ਦੇ ਜੇ ਤੂੰ ਠੀਕ ਹੋਣਾ ਚਾਹੁੰਦਾ। ਅੱਛਾ, ਡਾਕਟਰ ਮਰੀਜ਼ ਨੂੰ ਦੱਸੇ, ਮਰੀਜ਼ ਲਿਸਟ ਪੁੱਠੀ ਕਰ ਦੇਵੇ ਵੀ ਜਿਹੜੀਆਂ ਖਾਣ ਵਾਲੀਆਂ ਵਾ ਉਹ ਨਾ ਖਾਵੇ, ਜਿਹੜੀਆਂ ਨਹੀਂ ਖਾਣ ਵਾਲੀਆਂ ਖਾਈ ਜਾਵੇ, ਅਤੇ 6 ਮਹੀਨਿਆਂ ਬਾਅਦ ਫਿਰ ਜਾ ਕੇ ਡਾਕਟਰ ਸਾਹਿਬ ਫਰਕ ਨਹੀਂ ਪਿਆ ਅੱਗੇ ਨਾਲੋਂ, ਅਤੇ ਫਿਰ ਡਾਕਟਰ ਸਾਹਿਬ ਕੀ ਕਹਿਣਗੇ, ਤੈਨੂੰ ਕੋਈ ਠੀਕ ਨਹੀਂ ਕਰ ਸਕਦਾ ਭਾਈ। ਅਤੇ ਫਿਰ ਉਹਦੇ ਘਰ ਦੇ ਅਰਦਾਸਾਂ ਕਰਾਈ ਜਾਣ ਗੁਰਦੁਆਰੇ ਜਾ ਕੇ, ਮਹਾਰਾਜ ਦੇਹ ਅਰੋਗਤਾ ਬਖਸ਼ਿਸ਼ ਕਰੋ ਇਹਨੂੰ, ਬੋਲੋ ਜੀ ਇਹਨੂੰ। ਅਤੇ ਫਿਰ ਗੁਰੂ ਸਾਹਿਬ ਕਹਿੰਦੇ ਦੇਹ ਅਰੋਗਤਾ ਆਪੇ ਹੋ ਜਾਣੀ ਆ, ਤੈਨੂੰ ਖਾਣ ਪੀਣ ਦਾ ਪਰਹੇਜ਼ ਕਰਨਾ ਪੈਣਾ ਹੈ।